ਸਤਿ ਸ਼੍ਰੀ ਅਕਾਲ ਦੋਸਤੋ, ਸਿਮਰਜੀਤ ਬੈਂਸ। ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਪੂਰੇ ਪੰਜਾਬ ਦੇ ਵਾਸੀਆਂ ਦਾ ਧੰਨਵਾਦੀ ਹਾਂ। ਜਿਹੜੀ ਕੱਲ੍ਹ ਆਪਾਂ ਡਰਾਈਵ ਸਟਾਰਟ ਕੀਤੀ ਸੀ ਕਾਰ ਡੀਲਰ ਅਤੇ ਸਕੂਟਰ ਮੋਟਰਸਾਈਕਲ ਸ਼ੋਰੂਮ ਵਾਲਿਆਂ ਦੇ ਖਿਲਾਫ, ਉਹਨਾਂ ਦੀ ਠੱਗੀ ਦੇ ਖਿਲਾਫ। ਕੱਲ੍ਹ ਜਦੋਂ ਮੈਂ ਸ਼ੋਰੂਮਾਂ 'ਤੇ ਗਿਆ, ਵੱਖ ਵੱਖ ਸ਼ੋਰੂਮਾਂ 'ਤੇ, ਅਤੇ ਹਰੇਕ ਸ਼ੋਰੂਮ, ਚਾਹੇ ਉਹ ਕਾਰ ਵਾਲਾ ਅਤੇ ਚਾਹੇ ਉਹ ਮੋਟਰਸਾਈਕਲ ਸਕੂਟਰ ਵਾਲਾ, ਹਰੇਕ ਨੇ ਆਪਣੀ ਗਲਤੀ ਮੰਨ ਲਈ, ਪੈਸੇ ਵਾਪਸ ਕਰਤੇ। ਜਿਹੜੇ ਲੋਕਾਂ ਨੇ ਮੋਟਰਸਾਈਕਲ ਸਕੂਟਰ ਜਾਂ ਕਾਰਾਂ ਪਰਚੇਜ ਕਰਨ ਵੇਲੇ ਠੱਗੀ ਦਾ ਸ਼ਿਕਾਰ ਹੋਏ, ਉਹਨਾਂ ਨੂੰ ਵੀ ਪੈਸੇ ਵਾਪਸ ਦੇਤੇ। ਬਹੁਤ ਸਾਰੇ ਡੀਲਰਾਂ ਦੇ ਮੈਨੂੰ ਟੈਲੀਫੋਨ ਆਏ ਸ਼ੋਰੂਮ ਵਾਲਿਆਂ ਦੇ, ਬੈਨ ਸਾਹਿਬ ਸਾਡੀ ਸ਼ੋਰੂਮ 'ਤੇ ਪਲੀਜ਼ ਆਇਓ ਨਾ। ਬਹੁਤ ਸਾਰੇ ਡੀਲਰਾਂ ਦੇ ਫੋਨ ਆਏ, ਬੈਨ ਸਾਹਿਬ ਸਾਡੇ ਸ਼ੋਰੂਮ 'ਤੇ ਪਲੀਜ਼ ਵੀਡੀਓ ਨਾ ਬਣਾਇਓ। ਇੱਕ ਤਕਾਜ਼ਾ ਲਾ ਕੇ ਦੇਖੋ ਵੀ ਇਹ ਕਿਸੇ ਅਫਸਰ ਤੋਂ ਨਹੀਂ ਡਰਦੇ, ਟਰਾਂਸਪੋਰਟ ਅਥਾਰਟੀ ਤੋਂ ਨਹੀਂ ਡਰਦੇ, ਡੀਸੀ ਤੋਂ ਨਹੀਂ ਡਰਦੇ, ਪੁਲਿਸ ਦਾ ਇਹਨਾਂ ਨੂੰ ਡਰ ਨਹੀਂ। ਉਹਦੇ ਪਿੱਛੇ ਕਾਰਨ ਕੀ? ਉਹਦੇ ਪਿੱਛੇ ਕਾਰਨ ਆ ਰਲੇ ਹੋਏ ਆ, ਡਰ ਕਿਉਂ ਨਹੀਂ ਕਿ ਰਲੇ ਹੋਏ? ਅਤੇ ਦੋਸਤੋ, ਇਹ ਆ ਜਿਹੜਾ ਹਥਿਆਰ ਆ ਨਾ ਸੋਸ਼ਲ ਮੀਡੀਆ ਦਾ, ਲਾਈਵ ਆ, ਵੀਡੀਓ ਆ, ਇਹਦੇ ਤੋਂ ਡਰਦੇ ਆ। ਮੈਨੂੰ ਟੈਲੀਫੋਨ ਦੇ ਉੱਤੇ ਬਹੁਤ ਸਾਰੇ ਸ਼ੋਰੂਮ ਦੇ ਮਾਲਕ ਕਹਿੰਦੇ ਵੀ ਸਾਡਾ ਵੀਡੀਓ ਨਾ ਬਣਾਇਓ। ਬਹੁਤ ਸਾਰਿਆਂ ਨੇ ਕਿਹਾ ਬੈਂਸ ਸਾਹਿਬ ਅਸੀਂ ਗਲਤੀ ਕੀਤੀ, ਗਾਂਹ ਤੋਂ ਗਲਤੀ ਨਹੀਂ ਕਰਦੇ, ਸਾਡੇ ਸ਼ੋਰੂਮ 'ਚ ਪਲੀਜ਼ ਨਾ ਆਇਓ। ਇਹ ਕਹਿ ਦਈਏ ਵੀ ਚਲੋ ਬੰਦਿਆਂ ਨੇ ਆਪਣੀ ਗਲਤੀ ਮੰਨੀ ਆ, ਪਰ ਇਹ ਮੈਂ ਤੁਹਾਡੇ ਨਾਲ ਇਸ ਕਰਕੇ ਵਿਚਾਰ ਸਾਂਝੇ ਕਰ ਰਿਹਾ ਕਿ ਜਿਹੜਾ ਸੋਸ਼ਲ ਮੀਡੀਆ ਨਾ, ਮੈਨੂੰ ਆ ਪਟਵਾਰੀ ਪਿੱਛੇ ਧਰਨਾ ਲਾ ਕੇ ਹਟੇ, ਕਹਿੰਦੇ ਬੈਂਸ ਬੜੇ ਲੰਬੇ ਸਮੇਂ ਧਰਨੇ 'ਤੇ ਬੈਠੇ ਰਹੇ, ਕਹਿੰਦੇ ਬੈਂਸ ਕੋਈ ਵਿਜੀਲੈਂਸ 'ਚ? ਅਤੇ ਮੈਂ ਉੱਦਣ ਵੀ ਉਹਨਾਂ ਨੂੰ ਬੇਨਤੀ ਕੀਤੀ, ਪਟਵਾਰੀਆਂ ਨੂੰ ਜਵਾਬ ਦਿੱਤਾ ਵੀ ਬੈਂਸ ਸਰਕਾਰੀ ਵਿਜੀਲੈਂਸ 'ਚ ਨਹੀਂ ਗਾ, ਬੈਂਸ ਉਸ ਵਿਜੀਲੈਂਸ ਦਾ ਮੈਂਬਰ ਨਹੀਂ ਜਿਹੜੀ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਕਹਿੰਦੀ ਹੈ ਅਤੇ ਦੂਸਰੇ ਪਾਸੇ ਉਹਨੂੰ ਕਲੀਨ ਚਿੱਟ ਦੇਣ ਲੱਗ ਜਾਂਦੀ ਹੈ। ਉਸ ਵਿਜੀਲੈਂਸ ਦਾ ਮੈਂਬਰ ਨਹੀਂ, ਬੈਂਸ ਸੋਸ਼ਲ ਵਿਜੀਲੈਂਸ ਦਾ ਮੈਂਬਰ ਆ, ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪੂਰੀ ਦੁਨੀਆ ਦੇ ਲੋਕ ਜਿਹਨੂੰ ਦੇਖਦੇ ਆ। ਸੋ ਦੋਸਤੋ, ਨਿਮਰਤਾ ਸਹਿਤ ਬੇਨਤੀ ਹੈ, ਕਾਰਾਂ ਦੀ ਠੱਗੀ ਬਹੁਤ ਵੱਡੀ ਹੈ, ਕਾਰ ਸ਼ੋਰੂਮ ਡੀਲਰਸ ਦੀ ਠੱਗੀ ਬੜੀ ਵੱਡੀ ਹੈ। ਲੌਜਿਸਟਿਕਸ ਦੇ ਨਾਮ ਦੇ ਉੱਤੇ ਭਾੜਾ, ਮਤਲਬ ਕਿ ਗੱਡੀ ਫੈਕਟਰੀ ਤੋਂ ਲੈ ਕੇ ਸ਼ੋਰੂਮ ਤੱਕ ਆਈ, ਉਹ ਭਾੜਾ ਵੀ ਆਪਣੇ ਕੋਲੋਂ ਵਸੂਲ ਕਰਦੇ ਆ। ਕੋਈ ਸ਼ੋਰੂਮ ਵਾਲਾ 7,000 ਕਰਦਾ, ਕੋਈ 8,000, ਕੋਈ 10,000 ਕਰਦਾ, ਉਹ ਦੇਣਾ ਨਹੀਂ ਬਣਦਾ, ਨੰਬਰ 1। ਨੰਬਰ 2, ਗੱਡੀ ਦੇ ਉੱਤੇ 2 ਸਲੈਬਾਂ ਨੇ, ਛੋਟੀ ਗੱਡੀ ਦਾ 8%, ਵੱਡੀ ਦਾ 10%, ਸਿਰਫ ਬੇਸਿਕ ਪ੍ਰਾਈਸ ਦੇ ਉੱਤੇ। ਅਤੇ ਜਿਹੜਾ ਸਕੂਟਰ ਮੋਟਰਸਾਈਕਲ ਆ ਉਹਦਾ ਹੈਗਾ 6%। ਸਕੂਟਰ ਮੋਟਰਸਾਈਕਲ ਦੇ ਉੱਤੇ ਇੱਕ ਠੱਗੀ ਦੋਸਤੋ ਹੋਰ ਵੱਜ ਰਹੀ ਹੈ, ਵੱਧ ਤੋਂ ਵੱਧ ਵਾਇਰਲ ਜ਼ਰੂਰ ਕਰਿਓ, ਦੱਸਿਓ ਆਪਣੇ ਸਰਕਲ ਦੇ ਵਿੱਚ ਸਾਰੇ ਦੋਸਤਾਂ ਨੂੰ। ਮੋਸਟਲੀ ਲੋਕ ਆਪਾਂ ਜਦੋਂ ਜਾਂਦੇ ਹਾਂ ਤਾਂ ਆਪਾਂ ਫਾਈਨਾਂਸ ਕਰਾਉਂਦੇ ਹਾਂ, ਵੱਖ ਵੱਖ ਬੈਂਕਾਂ ਦੇ ਉੱਥੇ ਨੁਮਾਇੰਦੇ ਬੈਠੇ ਆ, ਫਾਈਨਾਂਸ ਕੰਪਨੀਆਂ ਦੇ ਨੁਮਾਇੰਦੇ ਬੈਠੇ ਆ, ਉਹਨਾਂ ਦਾ ਜਿਹੜਾ ਫਾਈਲ ਚਾਰਜਿਸ ਆ ਤਕਰੀਬਨ 1,000 ਆ, ਕਿਸੇ ਦਾ 100 ਵੱਧ ਆ, ਕਿਸੇ ਦਾ 100-200 ਘੱਟ ਆ। ਅਤੇ ਕੰਪਨੀ ਵਾਲੇ ਸ਼ੋਰੂਮ ਵਾਲੇ, ਟੂ ਵੀਲਰ ਵਾਲੇ ਸ਼ੋਰੂਮ ਦੇ ਮਾਲਕਾਂ ਨੇ HDFC ਦੂਜੀਆਂ ਤੀਜੀਆਂ ਪ੍ਰਾਈਵੇਟ ਬੈਂਕਾਂ ਦੇ ਜਿਹੜੇ ਉੱਥੇ ਮੁਲਾਜ਼ਮ ਬੈਠੇ, ਉਹਨਾਂ ਨੂੰ ਕਿਹਾ ਹੋਇਆ ਵੀ ਤੁਸੀਂ 7,000 ਫਾਈਲ ਚਾਰਜਿਸ ਲੈਣੇ ਆ, ਤੁਸੀਂ 6,000 ਲੈਣੇ ਆ, ਤੁਸੀਂ 5,000 ਲੈਣੇ ਆ। 1,000 ਬੈਂਕ ਦੇ ਇੰਪਲੋਈ ਕੱਟ ਲੈਂਦੇ ਆ, ਜੋ ਕਿ ਅਸਲ ਹੈਗਾ ਬੈਂਕ ਨੂੰ ਜਾਣਾ, ਅਤੇ ਜਿਹੜਾ ਉੱਪਰਲਾ ਉਹ 5,000, 6,000 ਜਾਂ 4,000 ਆ, ਅਤੇ ਉਹ ਸ਼ੋਰੂਮ ਦੇ ਮਾਲਕ ਦੀ ਜੇਬ 'ਚ ਚਲੇ ਜਾਂਦਾ। ਮਤਲਬ ਕਿ ਕਾਰ ਸੀ ਦੀ ਠੱਗੀ, ਅਤੇ ਦੂਸਰੀ ਜਿਹੜਾ ਤੁਸੀਂ ਮੋਟਰਸਾਈਕਲ ਸਕੂਟਰ ਫਾਈਨਾਂਸ ਕਰਾਉਣ ਲੱਗੇ ਹੋ ਨਾ, ਉਹ ਬੈਂਕ ਦੇ ਜ਼ਰੀਏ 5,000-7,000 ਦੀ ਠੱਗੀ ਹੋਰ ਆਪਾਂ ਨੂੰ ਲੱਗ ਰਹੀ ਹੈ। ਯਾਦ ਰੱਖਿਓ ਇਹ ਗੱਲ ਕਿ ਫਾਈਲ ਚਾਰਜਿਸ ਸਿਰਫ 1,000 ਰੁਪਈਆ ਨੇ, 100-50 ਉੱਪਰ ਥੱਲੇ ਹੋ ਸਕਦਾ। ਦੂਸਰਾ ਨੰਬਰ, 6% ਸਿਰਫ RC ਦੀ ਫੀਸ ਹੈ, ਮਹਿੰਗੀ ਗੱਡੀ ਦੀ RC ਦੀ ਫੀਸ 10% ਆ, ਅਤੇ ਜਿਹੜੀ ਛੋਟੀ ਗੱਡੀ ਉਹਦੀ ਹੈਗੀ ਆ 8%, 8-10%। ਨੋ ਲੌਜਿਸਟਿਕ ਚਾਰਜਿਸ, ਟਰੱਕ ਦਾ ਭਾੜਾ ਆਪਾਂ ਨਹੀਂ ਦੇਣਾ ਦੋਸਤੋ ਕੋਈ ਵੀ। ਜੇ ਤੁਸੀਂ ਪਿਛੋਕੜ ਦੇ ਦਿਨਾਂ 'ਚ ਕੋਈ ਕਾਰ ਖਰੀਦੀ ਆ, ਤੁਹਾਨੂੰ ਲੌਜਿਸਟਿਕ ਦੇ ਪੈਸੇ ਲਾਏ ਆ, ਸ਼ੋਰੂਮ ਜਾ ਕੇ ਪੈਸੇ ਵਾਪਸ ਲੈ ਕੇ ਆਓ, ਕੋਈ ਪੈਸੇ ਨਾ ਵਾਪਸ ਕਰੇ ਤਾਂ ਮੇਰੇ ਨਾਲ ਗੱਲ ਜ਼ਰੂਰ ਕਰਾ ਦਿਓ। ਕੋਈ ਸ਼ੋਰੂਮ ਵਾਲਾ ਆੜੀ ਫੜੀ ਕਰੇ, ਮੇਰੇ ਨਾਲ ਗੱਲ ਜ਼ਰੂਰ ਕਰਾ ਦਿਓ, ਉਹਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਲਾ ਦਿਓ। ਸੋ ਮੇਰਾ ਅੱਜ ਤੁਹਾਨੂੰ ਤੁਹਾਡੇ ਰੂਬਰੂ ਹੋਣ ਦਾ ਮਕਸਦ ਇਹੀ ਆ ਕਿ ਜਿਹੜਾ ਸੋਸ਼ਲ ਮੀਡੀਆ ਨਾ, ਜਿਹੜਾ ਸੱਚਾਈ ਦੀ ਆਵਾਜ਼ ਹੈ, ਸੋਸ਼ਲ ਮੀਡੀਆ ਦੇ ਚੋਰ ਡਰਦੇ ਆ, ਇਹ ਠੱਗ ਸੋਸ਼ਲ ਮੀਡੀਆ ਤੋਂ ਡਰਦੇ ਆ, ਨਾ ਇਹਨਾਂ ਨੂੰ ਕਿਸੇ ਸਰਕਾਰ ਦਾ ਡਰ ਹੈ, ਨਾ ਇਹਨਾਂ ਨੂੰ ਕਿਸੇ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਦਾ ਡਰ ਹੈ, ਕਿਉਂਕਿ ਚੋਰ ਮਸੇਰੇ ਭਾਈ ਇਕੱਠੇ ਹੋਏ ਹੋਏ ਆ। ਸੋ ਦੋਸਤੋ, ਬੜਾ ਰਿਣੀ ਹੈ ਅੱਜ, ਬੜੇ ਸਵੇਰ ਦੇ ਫੋਨ, ਕੋਈ ਅੰਮ੍ਰਿਤਸਰ ਤੋਂ, ਕੋਈ ਸੰਗਰੂਰ ਤੋਂ, ਕੋਈ ਮੋਹਾਲੀ ਤੋਂ, ਕੋਈ ਬਠਿੰਡਾ ਤੋਂ ਫੋਨ ਆ ਰਿਹਾ, ਲੋਕ ਏਜੰਸੀਆਂ ਦੇ ਵਿੱਚ ਜਾ ਰਹੇ, ਕਿਉਂਕਿ ਆ ਦੀਵਾਲੀ ਦੇ ਸੀਜ਼ਨ ਦੇ ਉੱਤੇ ਸਾਰਿਆਂ ਨੇ ਟੂ ਵੀਲਰ ਅਤੇ 4-ਵੀਲਰ ਖਰੀਦਿਆ, ਕਿਸੇ ਨੇ ਕਾਰ ਖਰੀਦੀ ਆ, ਕਿਸੇ ਨੇ ਸਕੂਟਰ, ਕਿਸੇ ਨੇ ਮੋਟਰਸਾਈਕਲ ਖਰੀਦਿਆ, ਅਤੇ ਜਾ ਕੇ ਪੈਸੇ ਵਸੂਲ ਕਰ ਰਹੇ। ਸੋ ਦੋਸਤੋ, ਇਹ
ਸਾਡੇ ਸਮਾਜ ਦੇ ਵਿੱਚੋਂ ਕਰਪਸ਼ਨ ਦੀ ਗੰਦਗੀ ਨੂੰ ਪੱਟਣ ਵਾਸਤੇ ਇਹ ਕਹਿੰਦੇ ਬੈਂਸ ਇਕੱਲਾ ਕੀ ਕਰ ਲੂਗਾ, ਕਰੋੜਾਂ ਲੋਕਾਂ ਦਾ ਮੇਲਾ ਕੌਣ ਕਰਦਾ, ਬੈਂਸ ਅਕੇਲਾ ਹੈ, ਬੈਂਸ ਕੀ ਕਰ ਲੂਗਾ, ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡਾ ਸਾਥ ਹੈ, ਮੇਰੇ ਕੋਲ ਸਪੋਰਟ ਹੈ। ਕੁਇੰਟਲਾਂ ਰੂਪੀ ਦੁੱਧ ਹੁੰਦਾ, ਇੱਕ ਚਮਚਾ ਦਹੀਂ ਦਾ ਜਾਗਦਾ, ਇੱਕ ਚਮਚਾ ਹੀ ਲਾਉਂਦਾ ਤੇ ਜਾਗ ਲੱਗ ਜਾਂਦਾ, ਕੱਲ ਦਾ ਇੱਕ ਚਮਚਾ ਹੀ ਲੱਗਿਆ ਨਾ ਤੇ ਪੂਰੇ ਪੰਜਾਬ ਦੇ ਅੰਦਰ ਦੁੱਧ ਦੇ ਫੁੱਟ ਬਣੇ ਪਏ ਆ, ਬੇਈਮਾਨਾਂ ਦੇ ਫੁੱਟ ਬਣਾਏ ਪਏ ਆ ਤੁਸੀਂ। ਸੋ ਦੋਸਤੋ, ਤਗੜੇ ਹੋ ਕੇ ਬੇਈਮਾਨਾਂ ਤੰਤਰ ਦੇ ਖਿਲਾਫ ਮੋਰਚਾਬੰਦੀ ਕਰਨੀ ਆ, ਇਨਕਲਾਬ ਜਿੰਦਾਬਾਦ ਬੋਲਣਾ, ਇਕੱਠੇ ਹੋ ਕੇ ਜਿੱਥੇ ਕੋਈ ਲੋੜ ਪੈਂਦੀ ਹੈ ਮੈਂ ਵੀ ਤੁਹਾਡੇ ਨਾਲ ਹਾਂ। ਕੋਈ ਤੁਹਾਨੂੰ ਇਹ ਨਹੀਂ ਹੈਗਾ ਕਿ ਤੁਸੀਂ ਅੰਮ੍ਰਿਤਸਰ ਜਾਂ ਤੁਸੀਂ ਸੰਗਰੂਰ ਬੈਠੇ ਹੋ ਤੇ ਮੈਂ ਆਉਣਾ ਨਹੀਂ, ਮੈਂ ਉੱਥੇ ਵੀ ਤੁਹਾਡੇ ਕੋਲ ਆ ਜਾਣਾ। ਸੋ ਤੁਹਾਡਾ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਡਰਾਈਵ ਨੂੰ ਬੜਾ ਤਰੀਕੇ ਦੇ ਨਾਲ ਅੱਗੇ ਵਧਾ ਰਹੇ ਹੋ ਤਾਂ ਕਿ ਪੰਜਾਬ ਦੇ ਅੰਦਰ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਕਰਪਸ਼ਨ ਆ ਉਹਨੂੰ ਵੀ ਆਪਾਂ ਠੱਲ ਪਾ ਸਕੀਏ। ਇਨਕਲਾਬ ਜਿੰਦਾਬਾਦ।